ਮਾਲੀਗਾਉਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਨੀਟ ਦੀ ਪ੍ਰੀਖਿਆ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਇਸ ਵਾਰ 13 ਸਤੰਬਰ ਨੂੰ ਦਿਨ ਐਤਵਾਰ ਨੂੰ ਸੂਬੇ ਵਿੱਚ ਕੋਈ ਵੀ ਕਰਫਿਊ ਨਹੀਂ ਲੱਗੇਗਾ ਪਰ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਹਾਲਾਂਕਿ ਸੂਬਾ ਸਰਕਾਰ ਨੇ ਸਾਰੇ ਸ਼ਹਿਰਾਂ ਕਸਬਿਆਂ ਵਿੱਚ ਕਰਫਿਊ ਲਾਇਆ ਹੋਇਆ ਹੈ ਪਰ ਇਸ ਐਤਵਾਰ ਰੁਕਾਵਟ ਰਹਿਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਛੋੜ ਦਿੱਤੀ ਜਾਵੇਗੀ। ਫੇਸਬੁੱਕ ਤੇ ਕੈਪਟਨ ਨੂੰ ਸਵਾਲ ਲਾਈਵ ਸੈਸ਼ਨ ਦੇ ਦੌਰਾਨ ਬਹੁਤ ਇੱਕ ਵਸਨੀਕ ਤੌਰ ਤੇ ਪ੍ਰਗਟਾਏ ਗਏ ਖਾਸੀਏ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀ ਨੂੰ ਆਪਣੇ ਪ੍ਰੀਖਿਆ ਕੇਂਦਰ ਤੱਕ ਪਹੁੰਚਣ ਵਿੱਚ ਕੋਈ ਵੀ ਔਕੜ ਪੇਸ਼ ਨਹੀਂ ਆਵੇਗੀ। ਮੁਕਤਸਰ ਦੇ ਇੱਕ ਨਿਵਾਸੀ ਵੱਲੋਂ ਕੀਤੀ ਸ਼ਿਕਾਇਤ ਵਿੱਚ ਕਿ ਸੰਤ ਬਾਬਾ ਗੁਰਮੁਖ ਸਿੰਘ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਨਲਾਈਨ ਸਿੱਖਿਆ ਸਮੂਹ ਵਿੱਚੋਂ ਇੱਕ ਵਿਦਿਆਰਥੀ ਨੂੰ ਫੀਸ ਅਦਾ ਨਾ ਕਰਨ ਕਰਕੇ ਬਾਹਰ ਕੱਢ ਦਿੱਤਾ ਗਿਆ ਹੈ। ਇਸ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਸਵੇਰੇ ਹੀ ਡਿਪਟੀ ਕਮਿਸ਼ਨਰ ਨੂੰ ਇਹ ਮਸਲਾ ਸਮਝਾਉਣ ਦੇ ਨਿਰਦੇਸ਼ ਦਿੱਤੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਸ਼ਿਕਾਇਤਕਰਤਾ ਦੀ ਧੀ ਨੂੰ ਹੁਣ ਕਲਾਸਾਂ ਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਕੂਲਾਂ ਵੱਲੋਂ ਕੀਤੀ ਜਾ ਰਹੀ ਅਜਿਹੀ ਮਨਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਉਹਨਾਂ ਨੂੰ ਸਪਸ਼ਟ ਹਦਾਇਤਾਂ ਹਨ ਕਿ ਕੋਵਿਡ ਸੰਕਟ ਦੇ ਚੱਲਦਿਆਂ ਫੀਸ ਦੀ ਅਦਾਇਗੀ ਨਾ ਕਰਨ ਕਰਕੇ ਕਿਸੇ ਵੀ ਵਿਦਿਆਰਥੀ ਨੂੰ ਹਟਾਇਆ ਨਾ ਜਾਵੇ। ਲੋੜ ਦੇ ਕੇ ਵਸਨੀਕ ਵੱਲੋਂ ਮਹਾਰਾਜਾ ਰਣਜੀਤ ਸਿੰਘ ਕਾਲਜ ਜਿਸ ਦਾ ਪ੍ਰਬੰਧਨ ਅਕਾਲੀ ਗੁੰਡਿਆਂ ਵੱਲੋਂ ਬੀਤੀ ਹੁਕੂਮਤ ਦੇ ਦੌਰਾਨ ਕਿਸੇ ਤੌਰ ਤੇ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਸੀ ਇਸ ਬਾਰੇ ਕੀਤੀ ਬੇਨਤੀ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨੂੰ ਇਸ ਮਸਲੇ ਦੀ ਜਾਂਚ ਅਤੇ ਜਲਦ ਤੋਂ ਜਲਦ ਰਿਪੋਰਟ ਦੇਣ ਲਈ ਕਹਿਣਗੇ। ਫਿਰ ਜਿੰਮ ਵੀ ਬੰਦ ਹੋ ਗਿਆ, ਮੇਰੀ ਆਮਦਨ ਘੱਟ ਗਈ ਅਤੇ ਮੇਰੇ ਬੱਚੀ ਨੂੰ ਸਕੂਲ ਤੋਂ ਔਨਲਾਈਨ ਐਜੂਕੇਸ਼ਨ ਤੋਂ ਹਟਾ ਦਿੱਤਾ ਗਿਆ ਅਤੇ ਵਿਚਾਰੀ ਬੜੀ ਔਖੀ ਹੈ ਇਸ ਵੇਲੇ। ਇੱਕ ਗੱਲ ਦੇਖ ਲਓ, ਮੈਂ ਸਾਰੇ ਸਕੂਲਾਂ ਨੂੰ ਕਹਿਣਾ ਚਾਹੁੰਦਾ ਕਿ ਇਹੋ ਜਿਹਾ ਕੰਮ ਅਗਰ ਕਿਸੇ ਨੇ ਕੀਤਾ ਮੈਂ ਉਸ ਨੂੰ ਬਿਲਕੁਲ ਬਖਸ਼ੂੰਗਾ ਨਹੀਂ। ਇਹ ਕੰਮ ਬਿਲਕੁਲ ਇਹ ਗਲਤ ਗੱਲਾਂ ਨੇ। ਇਸ ਔਖੀ ਘੜੀ ਸਾਨੂੰ ਸਾਰਿਆਂ ਨੂੰ ਇੱਕ ਬਰਾਬਰ ਸਾਰਿਆਂ ਨੂੰ ਦੇਖਣਾ ਚਾਹੀਦਾ ਔਰ ਆਪਣੇ ਅਗਰ ਥੋੜ੍ਹੀ ਬਹੁਤੀ ਆਪਾਂ ਨੂੰ ਕੋਈ ਤਕਲੀਫ ਹੋ ਰਹੀ ਹੈ ਤਾਂ ਤਕਲੀਫ ਵੀ ਸਹਿ ਲਓ, ਲੇਕਿਨ ਬੱਚਿਆਂ ਨੂੰ ਸਕੂਲ ਤੋਂ ਕੱਢਣਾ ਇਹ ਕੋਈ ਚੰਗੀ ਗੱਲ ਹੈ। ਔਰ ਇਹ ਇਹਦੇ 'ਚ ਜਦੋਂ ਮੈਂ ਦੇਖਿਆ ਸੀ ਇਹ ਬਿਆਨ, ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਹਿ ਦਿੱਤਾ ਔਰ ਉਹ ਮੈਨੂੰ ਅੱਜ ਰਿਪੋਰਟ ਆ ਗਈ ਕਿ ਇਹ ਬੱਚੀ ਤੁਹਾਡੀ ਅੱਜ ਤੋਂ ਕਲਾਸ ਅਟੈਂਡ ਕਰਨ ਵਾਸਤੇ ਉਹ ਸਕੂਲ ਨੇ ਇਜਾਜ਼ਤ ਦੇ ਦਿੱਤੀ ਹੈ। ਲੇਕਿਨ ਇਹ ਤਾਂ ਇੱਕ ਕੇਸ ਹੋਇਆ, ਲੇਕਿਨ ਜਿੱਥੇ ਵੀ ਕੇਸ ਹੋਏ ਨੇ ਪੂਰੇ ਪੰਜਾਬ 'ਚ, ਮੈਂ ਸਕੂਲਾਂ ਨੂੰ ਕਹਿਣਾ ਚਾਹੁੰਦਾ ਕਿ ਆਹ ਕੰਮ ਨਹੀਂ ਕਰਨਾ, ਮੈਂ ਔਖਾ ਹੋਊਂਗਾ ਫਿਰ ਤੁਹਾਡੇ 'ਤੇ। ਐਂਡ ਆਈ ਵਿਲ ਨੋਟ ਅਲਾਓ ਕਿ ਕੋਈ ਸਾਡਾ ਬੱਚਾ ਪੰਜਾਬ ਦਾ ਕੋਈ ਸਕੂਲ ਤੋਂ ਕੱਢੇ ਲਿਆ। ਤੁਸੀਂ ਹੁਣ ਮੇਰੀਆਂ ਗੱਲਾਂ 'ਚੋਂ ਇਹ ਨਾ ਆਓ, ਇਹ ਜਿਹੜੇ ਸੋਸ਼ਲ ਮੀਡੀਆ 'ਤੇ ਰੌਲਾ ਪਾਉਣ ਵਾਲੇ ਨੇ ਸਭ ਦੇਸ਼ ਦਰੋਹੀ ਨੇ, ਸਭ ਉਹ ਲੋਕ ਨੇ ਜੋ ਪੰਜਾਬ ਦਰੋਹੀ ਨੇ, ਜੋ ਸਮਝਦੇ ਨੇ ਕਿ ਤੁਸੀਂ ਇੱਥੇ ਮਖੌਲ ਬਣਾ ਰੱਖੋ। ਮੈਂ ਪੁਲਿਸ ਨੂੰ ਕਿਹਾ ਸਖ਼ਤੀ ਕਰੋ ਇਹਦੇ 'ਚ, ਔਰ ਜਿਹੜਾ ਬੰਦਾ ਇਹ ਲੋਕਾਂ ਨੂੰ ਗਲਤ ਫਹਿਮੀ 'ਚ ਪਾਉਂਦਾ, ਗਲਤ ਦੱਸਦਾ ਔਰ ਗਲਤ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, ਉਹ ਬਿਲਕੁਲ ਜਿਸ ਤਰੀਕੇ ਨਾਲ ਮੈਂ ਕਿਹਾ ਇਸ 'ਤੇ ਉਲਟ ਕਰ ਰਿਹਾ, ਇਹ ਗੱਲ ਬਿਲਕੁਲ ਅਸੀਂ ਨਹੀਂ ਮੰਨਾਂਗੇ ਔਰ ਪੁਲਿਸ ਇਹਨਾਂ 'ਤੇ ਕਦਮ ਚੱਕੇਗੀ। ਫਿਰ ਨਾ ਮੈਨੂੰ ਕਹਿਣਾ ਬਾਅਦ 'ਚ ਕਿ ਮੇਰਾ ਬੰਦਾ ਕੋਈ ਫਸ ਗਿਆ ਆ ਇੱਥੇ ਪੁਲਿਸ ਦੇ ਵਿੱਚ ਆ ਗਿਆ। ਤੁਸੀਂ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ, ਅਗਰ ਤੁਸੀਂ ਕੋਈ ਚੀਜ਼ ਪੋਸਟ ਕਰ ਰਹੇ ਹੋ ਤਾਂ ਤੁਸੀਂ ਚੰਗੀ ਤਰ੍ਹਾਂ ਪੋਸਟ ਕਰੋ, ਤਾਂ ਕਿ ਸੱਚਾਈ ਤੁਸੀਂ ਦੱਸੋ। ਇਹ ਝੂਠ ਬੋਲਣਾ, ਇਹ ਗਲਤ ਗੱਲਾਂ ਦੱਸਣੀਆਂ, ਜੋ ਸਾਡੀ ਸਾਰੀ ਦੁਨੀਆ ਦੇ ਵਿੱਚ ਇਹ ਬਿਮਾਰੀ ਫੈਲੀ ਹੋਈ ਹੈ ਔਰ ਜੋ ਟ੍ਰੀਟਮੈਂਟ ਹੋ ਰਿਹਾ ਉਹੀ ਹਿੰਦੁਸਤਾਨ ਦੇ ਵਿੱਚ ਹੋ ਰਹੀ ਹੈ, ਉਹਦੇ ਖਿਲਾਫ਼ ਅਗਰ ਤੁਸੀਂ ਕਹੋਗੇ ਕਿ ਟ੍ਰੀਟਮੈਂਟ ਨਾ ਕਰੋ, ਮਾਸਕ ਨਾ ਪਾਓ ਜੀ, ਕੋਈ MLA ਵੀ ਕਹਿੰਦੇ ਨੇ ਇੱਕ ਦੋ, ਮਾਸਕ ਨਾ ਪਾਓ ਜੀ, ਕੋਈ ਪਰਵਾਹ ਨਹੀਂ ਜੀ, ਸਭ ਠੀਕ ਹੈ, ਇਹ ਗੱਲਾਂ ਬਿਲਕੁਲ ਗਲਤ ਗੱਲਾਂ ਨੇ। ਬਹੁਤ ਅਫਸੋਸ ਦੀ ਗੱਲ ਹੈ ਮੈਨੂੰ ਕਿ ਜ਼ਿੰਮੇਵਾਰ ਬੰਦੇ ਵੀ ਇਹ ਗੱਲਾਂ ਕਹਿਣ ਲੱਗੇ। ਕੋਈ ਛੋਟਾ ਬੱਚਾ ਕਹੇ ਮੈਂ ਸਮਝ ਸਕਦਾ ਕਿ ਬਦਮਾਸ਼ੀ ਕਰ ਰਿਹਾ, ਲੇਕਿਨ ਅਗਰ ਜ਼ਿੰਮੇਵਾਰ ਬੰਦੇ ਕਹਿਣ ਤਾਂ ਅਫਸੋਸ ਹੈ ਮੈਨੂੰ ਕਿ ਇਹੋ ਜਿਹੀ ਗੱਲ ਉਹ ਜ਼ਿੰਮੇਵਾਰ ਬੰਦੇ ਕਹਿਣ ਔਰ ਆਪਣੇ ਪੰਜਾਬੀਆਂ ਨੂੰ ਖਰਾਬ ਕਰਨ।